ਆਤਮਾ ਸਿੰਘ ਬੁੱਢੇ ਵਾਲੀ ਆ ਪੰਜਾਬੀ ਲੋਕ ਗਾਇਕ ਸੁਰਜੀਤ ਸਿੰਘ ਪਾਤਰ ਸਾਹਿਬ ਦੀ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਹੋਏ ਨੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ। ਜਿਵੇਂ ਕਿ ਵੱਖ ਵੱਖ ਸ਼ਾਇਰ, ਕਵੀ, ਅਦਾਕਾਰ, ਗੀਤਕਾਰ ਪਾਤਰ ਪਾਤਰ ਕਹਿੰਦਾ ਕਹਿੰਦਾ ਪਾਤਰ ਬਣ ਕੇ ਰਹਿ ਗਿਆ, ਦੁਨੀਆ ਦੀ ਕਚਹਿਰੀ ਦੇ ਵਿੱਚ ਖਰੀਆਂ ਗੱਲਾਂ ਕਹਿ ਗਿਆ। ਸੋ ਇਸ ਕਰਕੇ ਸਾਡੇ ਲਈ ਪਾਤਰ ਸਾਹਿਬ ਹਮੇਸ਼ਾ ਯਾਦ ਰਹੂਗਾ, ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਸਾਹਿਤ ਨੂੰ, ਜੋ ਉਹਨਾਂ ਦੀ ਦੇਣ ਹੈ ਪੰਜਾਬੀ ਮਾਂ ਬੋਲੀ ਦੀ ਦੇਣ, ਹਮੇਸ਼ਾ ਨਾ ਕਦੇ ਭੁਲਾਈ ਜਾ ਸਕਦੀ ਹੈ ਔਰ ਨਾ ਪੂਰਾ ਹੋਣ ਵਾਲਾ ਘੱਟ ਹੈ। ਪਰਮਾਤਮਾ ਜਿੱਥੇ ਵੀ ਉਹ ਹੋਣ ਆਪਣੇ ਚਰਨਾਂ 'ਚ ਨਿਵਾਸ ਦੇਣ। ਥੈਂਕ ਯੂ। ਅਕਸਰ ਬੁੱਕਲ 'ਚ ਲੈ ਕੇ ਕਹਿੰਦੇ ਸੀ ਵੀ ਆਤਮੇ ਜੇਕਰ ਮੈਂ ਕਿਤੇ ਦਗਾਣੇ ਸੁਣਦਾ ਨਾ, ਮੈਨੂੰ ਤੇਰੇ ਦਗਾਣੇ ਬਹੁਤ ਵਧੀਆ ਲੱਗਦੇ ਆ, ਉਹ ਮੇਰੇ ਲਈ ਇੱਕ ਜ਼ਿੰਦਗੀ ਸਭ ਤੋਂ ਵੱਡੀ ਸੁਗਾਤ ਹੈ। ਇਸ ਕਰਕੇ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹੂਗਾ ਔਰ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇ। ਨਹੀਂ ਅਕਸਰ ਅਸੀਂ ਮਿਲਦੇ ਰਹਿੰਦੇ ਸੀ, ਮੰਨ ਲਓ ਉੱਥੇ ਚੰਡੀਗੜ੍ਹ ਕੋਈ ਯਾਦ ਕੋਈ ਕਿੱਸਾ ਯਾਦ ਇਹ ਆ ਵੀ ਬੜਾ ਇੱਕ ਮੈਂ ਕਹਿ ਸਕਦਾ ਕਿ ਸਾਨੇ ਵਾਲੇ ਦੇ ਨਾਲ ਨਹਿਰ ਚੱਲਦੀ ਹੈ ਟਿੱਬੇ ਵਾਲੀ, ਉਹ ਕਿਤੇ ਰਾਤ ਨੂੰ ਉੱਧਰ ਚੰਡੀਗੜ੍ਹ ਤੋਂ ਆ ਰਹੇ ਸੀ ਅਤੇ ਮੀਂਹ ਪਿਆ ਸੀ, ਸਾਉਣ ਭਾਦੋਂ ਦਾ ਮੀਂਹ ਪਿਆ ਸੀ, ਉਹ ਕਿਤੇ ਉੱਤਰ ਕੇ ਮਾੜਾ ਜਿਹਾ ਵੀ ਉਹ ਕਹਿੰਦੇ ਵੀ ਚੱਲ ਚਾਹ ਪਾਣੀ ਪੀਂਦੇ ਹਾਂ ਅਤੇ ਅੱਗੇ ਇੱਕ ਟੋਆ ਸੀ ਪਾਣੀ ਵਾਲਾ, ਉਹ ਜਦੋਂ ਤੁਰਨ ਲੱਗੇ ਤਾਂ ਰਾਤ ਨੂੰ ਹਨੇਰੇ 'ਚ ਨਾ ਦਿਖਿਆ ਟੋਆ ਅਤੇ ਉਹਦੇ ਵਿੱਚ ਪੈਰ ਪੈ ਗਿਆ ਉਹਨਾਂ ਦਾ, ਪੈਰ ਪੈ ਗਿਆ ਅਤੇ ਮੋਬਾਈਲ ਵਿੱਚ ਗਿਰ ਗਿਆ ਅਤੇ ਉਹ ਮੈਨੂੰ ਅੱਜ ਤੱਕ ਚੇਤੇ ਆ ਵੀ ਅਸੀਂ ਰਾਤ ਨੂੰ 9-10 ਵਜੇ ਲਾਈਟਾਂ ਲਾ ਕੇ ਮੋਬਾਈਲ ਲੱਭਿਆ ਸੀਗਾ ਪਾਤਰ ਸਾਹਿਬ ਦਾ। ਇਸ ਕਰਕੇ ਮੈਂ ਕਹਿੰਦਾ ਵੀ ਹਮੇਸ਼ਾ ਉਹਨਾਂ ਨੂੰ ਦਿਲ 'ਚ ਰੱਖਿਆ ਔਰ ਰੱਖਾਂਗੇ। ਬਹੁਤ ਧੰਨਵਾਦ ਜੀ ਆਤਮਾ ਸਿੰਘ ਜੀ।